सचकाल सेंट सोल्जर टाइम्स तो मैं हाँ कोमल ते अज असीं पहुंच चुके हाँ जी सेंट सोल्जर लॉ कॉलेज विच। अज इत्थे पंजाब कानूनी सेवावां बारे दस्या जाएगा, अथॉरिटी बारे दस्या जाएगा। जे असीं गलबात करिए जी पीड़ित लोगों नूं असीं किवें मुआवजा दवा सकते हैं, इस दे बारे गलबात की जाएगी, जिस दे विच पहुंच रहे ने जी जुडिशियल चीफ मजिस्ट्रेट मैडम गगनदीप कौर। ते आओ फिर देखते हैं खास आए दा ये प्रोग्राम। सर्विस अथॉरिटी
लोग
authority for the field employees. For the two reasons, one is lack of awareness. उन्हें पता ही नहीं है कि ऐसी field में कुछ भी ले सकते हैं. The second reason की है उन्हें ना faith नहीं है system के लिए. उन्हें वे लग जाए कि field में कुछ काम कर रहे हैं तो नहीं तो सारा केस खराब कर दूँगा या सारे केस में properly वो field कर देंगे और क्या अंदर नहीं करेंगे. But इस mindset को अपना ही change करना है. तुझे लग रहा है कि पढ़ने किसी ने प्रैक्टिस करनी है या किसी ने एज ए बीच बीच काम करना है ना, तो अलग अलग फील्ड के बीच तुझे जाओगे तो दिस इज योर ड्यूटी कि तुझे आम लोगों के माइंड सेट को चेंज करो कि इतना का कुछ नहीं है. फ्री लीगल एड मीन्स फ्री फॉर दी पार्टी. जेडी पार्टी है उन्हें वकील साहब को पैसे नहीं दे रहे पर वकील साहब फीस कम नहीं कर रहे. Gracias.
और टाइम्स टू काम को फैसला लेना है वो फाइनल हो जाए। जब सूट फाइनल
ਫਾਈਲ ਕਰਨਾ ਹੁੰਦਾ ਤਾਂ ਪਾਰਟੀਆਂ ਨੂੰ ਲੱਖਾਂ ਰੁਪਏ ਕੋਰਟ ਫੀਸ ਦੇਣੀ ਪੈਂਦੀ ਹੈ ਪਰ ਜਦੋਂ ਫੈਸਲਾ ਲੋਕਲ ਵਾਲੇ ਦੇ ਵਿੱਚ ਹੁੰਦਾ ਤਾਂ ਉਹ ਜਿਹੜੀ ਕੋਰਟ ਫੀਸ ਵੀ ਰਿਫੰਡ ਹੋ ਜਾਂਦੀ ਹੈ ਇਹ ਸਾਰੇ ਬੈਨੀਫਿਟਸ ਨੇ ਲੋਕਲ ਵਾਲੇ ਦੇ ਤੇ ਇਹ ਵੀ ਅਵੇਅਰਨੈਸ ਕ੍ਰੀਏਟ ਕਰਨਾ ਉਹਨੇ ਜੇ ਕਿਸੇ ਵੀ ਪਾਰਟੀ ਦਾ ਕੋਈ ਕੇਸ ਪੈਂਡਿੰਗ ਹੈ ਲੋਕਲ ਵਾਲੇ ਦੇ ਵਿੱਚ ਰਖਵਾਓ ਜੈਸਾ ਉਹਨੂੰ ਕਹਿ ਕੇ ਕਿ ਸਾਡਾ ਕੰਪਰੋਮਾਈਜ਼ ਕਰਵਾਓ ਪਹਿਲਾਂ ਅਸੀਂ ਮੀਡੀਏਸ਼ਨ ਕਰਾਂਗੇ ਤੇ ਮੀਡੀਏਸ਼ਨ ਦੇ ਵਿੱਚ ਟਰਮਸ ਐਂਡ ਸੈਟ ਕਰਾਂਗੇ ਤੇ ਕੰਡੀਸ਼ਨ ਸੈਟਲ ਕਰਕੇ ਲੋਕਲ ਵਾਲੇ ਦੇ ਵਿੱਚ ਫੈਸਲਾ ਹੋ ਜਾਂਦਾ ਉਸ ਕੇਸ ਬਹੁਤ ਬੈਨੀਫਿਟ ਹੈ ਲੋਕਲ ਵਾਲੇ ਦਾ ਆਮ ਲੋਕਾਂ ਲਈ ਵੀ ਤੇ ਕੋਰਟਸ ਲਈ ਵੀ ਕਿਉਂਕਿ ਜਦੋਂ ਇੰਨੇ ਕੇਸ ਲੋਕਲ ਵਾਲੇ ਦੇ ਨਿਕਲ ਜਾਂਦੇ ਨੇ ਤਾਂ ਜੈਸਾ ਉਹਦਾ ਬਰਡਨ ਕਿੰਨਾ ਘੱਟ ਜਾਂਦਾ ਲੋਕਾਂ ਦਾ ਵੀ ਕਿੰਨਾ ਬੈਨੀਫਿਟ ਹੁੰਦਾ ਜਿਹੜੇ ਇੰਨੇ ਲਿਟੀਗੇਸ਼ਨ ਐਕਸਪੈਂਸਿਸ ਹੋ ਗਏ ਤਾਂ ਸਾਰੇ ਖਤਮ ਹੋ ਜਾਂਦੇ ਨੇ ਠੀਕ ਹੈ ਗਗਨਦੀਪ ਕੌਰ ਆਈ ਐਮ ਵਰਕਿੰਗ ਐਜ਼ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਅੱਜ ਮੈਂ ਸੇਂਟ ਸੋਲਜਰ ਲਾਅ ਕਾਲਜ ਦੇ ਵਿੱਚ ਵਿਜ਼ਿਟ ਕੀਤਾ ਮੇਰਾ ਵਿਜ਼ਿਟ ਕਰਨ ਦਾ ਮੇਨ ਪਰਪਜ਼ ਸੀਗਾ ਬੱਚਿਆਂ ਨੂੰ ਅਤੇ ਸਟੂਡੈਂਟਸ ਜਿਹੜੇ ਹੈਗੇ ਨੇ ਟੀਚਰਸ ਜਿਹੜੇ ਹੈਗੇ ਨੇ ਉਹਨਾਂ ਨੂੰ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੀ ਫੰਕਸ਼ਨਿੰਗ ਬਾਰੇ ਲੋਕ ਅਦਾਲਤਸ ਬਾਰੇ ਮੀਡੀਏਸ਼ਨ ਬਾਰੇ ਕੰਪਨਸੇਸ਼ਨ ਬਾਰੇ ਫ੍ਰੀ ਲੀਗਲ ਏਡ ਬਾਰੇ ਅਵੇਅਰ ਕਰਨਾ ਅਤੇ ਇਹਦੇ ਨਾਲ ਨਾਲ ਅੱਜ ਇੱਕ ਕੁਇਟ ਇੰਡੀਆ ਮੂਵਮੈਂਟ ਦੀ ਜਿਹੜੀ ਐਨੂਅਲ 8 ਅਗਸਤ ਨੂੰ ਜਿਹੜਾ ਆਪਾਂ ਸੈਲੀਬ੍ਰੇਟ ਕਰਦੇ ਹਾਂ ਉਹਦੇ ਬਾਰੇ ਵੀ ਬੱਚਿਆਂ ਨੂੰ ਅਵੇਅਰ ਕਰਨਾ ਮੇਰਾ ਮੇਨ ਪਰਪਜ਼ ਸੀਗਾ ਅਤੇ ਅੱਜ ਅਸੀਂ ਇੱਥੇ ਆ ਕੇ ਮੈਨੂੰ ਬੜਾ ਅੱਛਾ ਲੱਗਿਆ ਬੱਚਿਆਂ ਨੇ ਬੜਾ ਪੋਜ਼ੀਟਿਵਲੀ ਕੋਪਰੇਸ਼ਨ ਕੀਤੀ ਬੜੇ ਅੱਛੇ ਕੁਸ਼ਚਨਸ ਪੁੱਛੇ ਅੱਛੀ ਡਿਸਕਸ਼ਨ ਹੋਈ ਅਤੇ ਮੈਨੂੰ ਉਮੀਦ ਹੈ ਕਿ ਬੱਚੇ ਜਿਹੜੇ ਹੈਗੇ ਨੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੀ ਫੰਕਸ਼ਨਿੰਗ ਬਾਰੇ ਮੇਨਲੀ ਫ੍ਰੀ ਲੀਗਲ ਏਡ ਅਤੇ ਕੰਪਨਸੇਸ਼ਨ ਬਾਰੇ ਆਮ ਜਨਤਾ ਦੇ ਵਿੱਚ ਜਾ ਕੇ ਉਹਨਾਂ ਨੂੰ ਅਵੇਅਰ ਕਰਨਗੇ ਅਤੇ ਜਿਹੜੀਆਂ ਆਪਣੇ ਅੰਦਰ ਨੈਗੇਟਿਵ ਚੀਜ਼ਾਂ ਨੇ ਉਹਨਾਂ ਨੂੰ ਅੱਜ ਪ੍ਰਣ ਕਰਨਗੇ ਕਿ ਅਸੀਂ ਉਹਨਾਂ ਨੂੰ ਅੱਜ ਕੁਇਟ ਕਰਨਾ ਥੈਂਕ ਯੂ ਸੇਂਟ ਸੋਲਜਰ ਲਾਅ ਕਾਲਜ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਮੈਡਮ ਰਿੰਕਾ ਜੀ ਅਤੇ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਬਹੁਤ ਬਹੁਤ ਸਵਾਗਤ ਜੀ ਥੈਂਕ ਯੂ ਮੈਮ ਮੈਮ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਕੀ ਪਰਪਸ ਸੀ ਉਹਦਾ ਮੈਮ ਮੇਰਾ ਪਰਪਸ ਇਹੀ ਸੀਗਾ ਕਿ ਜੋ ਸਟੂਡੈਂਟਸ ਨੇ ਉਹ ਇਸ ਗੱਲ ਲਈ ਅਵੇਅਰ ਹੋਣ ਕਿ ਜਿਹੜੀ ਸਾਡੀ ਵੀਕਰ ਸੈਕਸ਼ਨ ਆਫ ਸੋਸਾਇਟੀ ਹੈ ਜਿਹਨੂੰ ਅਸੀਂ ਕਮਜ਼ੋਰ ਵਰਗ ਮੰਨਦੇ ਹਾਂ ਜਿੱਦਾਂ ਖਾਸ ਕਰਕੇ ਔਰਤਾਂ ਬਜ਼ੁਰਗ ਬੱਚੇ ਔਰ ਉਹਨਾਂ ਨਾਲ ਜਿਹੜੇ ਫਾਈਨੈਂਸ਼ਲੀ ਵੀਕ ਨੇ ਆਰਥਿਕ ਰੂਪ ਨਾਲ ਉਹਨਾਂ ਨੂੰ ਇੱਕ ਲੀਗਲ ਸਰਵਿਸ ਫ੍ਰੀ ਮਿਲਦੀ ਆ ਜਿਨ੍ਹਾਂ ਬਾਰੇ ਉਹਨਾਂ ਨੂੰ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਅਤੇ ਅਸੀਂ ਅੱਜ ਮੈਡਮ ਗਗਨਦੀਪ ਜੀ ਨੂੰ ਕਾਲਜ ਬੁਲਾਇਆ ਸੀ ਜੋ ਕਿ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਕਮ ਸੈਕਟਰੀ ਨੇ ਫ੍ਰੀ ਲੀਗਲ ਸਰਵਿਸ ਅਥਾਰਟੀ ਦੇ ਤੋ ਉਹਦੇ ਲਈ ਅਸੀਂ ਉਹਨਾਂ ਨੂੰ ਅੱਜ ਕਾਲਜ ਬੁਲਾਇਆ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਗਾਈਡ ਕੀਤਾ ਔਰ ਉਹਨਾਂ ਨੇ ਜਿਹੜਾ ਹੈ ਬੱਚਿਆਂ ਨੂੰ ਦੱਸਿਆ ਕਿ ਕੌਣ ਕੌਣ ਹੈ ਜੋ ਫ੍ਰੀ ਲੀਗਲ ਸਰਵਿਸ ਅਵੇਲ ਕਰ ਸਕਦੇ ਨੇ ਔਰ ਇਹਦੇ ਨਾਲ ਉਹਨਾਂ ਨੇ ਦੱਸਿਆ ਕਿ ਲੋਕ ਅਦਾਲਤਾਂ ਦਾ ਕੀ ਬੈਨੀਫਿਟ ਹੈ ਠੀਕ ਹੈ ਬੱਚਿਆਂ ਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਮੈਮ ਕਿੰਨੇ ਕੁ ਬੱਚੇ ਸਨ ਅੱਜ ਮੈਮ ਨੀਅਰ ਅਬਾਊਟ 400 ਦੇ ਕਰੀਬ ਸਟੂਡੈਂਟਸ ਸੀ ਬੈਠੇ ਇਸ ਹਾਲ ਦੇ ਅੰਦਰ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੜਕੀਆਂ ਸਨ ਅਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਹੈ ਅੱਜ ਦਾ ਜੇ ਜਿਹੜਾ ਇਹ ਸੈਸ਼ਨ ਸੀਗਾ ਇਨਫੋਰਮੇਟਿਵ ਲੱਗਾ ਇੰਪ੍ਰੈਸਿਵ ਲੱਗਾ ਕਿਉਂਕਿ ਸਟੂਡੈਂਟਸ ਨੂੰ ਜਦੋਂ ਇਹ ਪਤਾ ਲੱਗ ਜਾਵੇ ਕਿ ਸਾਡੇ ਰਾਈਟਸ ਕੀ ਨੇ ਠੀਕ ਹੈ ਔਰ ਅਸੀਂ ਬਾਕੀਆਂ ਨੂੰ ਵੀ ਕਿੱਦਾਂ ਅਵੇਅਰ ਕਰ ਸਕਦੇ ਹਾਂ ਔਰ ਮੈਂ ਸਿੰਪਲ ਜਿਹੀ ਇਗਜ਼ੈਂਪਲ ਦੇਵਾਂਗੀ ਮੈਨੂੰ ਵੀ ਨਹੀਂ ਪਤਾ ਸੀ ਕਿ ਕੋਈ ਵੀ ਵੂਮੈਨ ਚਾਹੇ ਉਹ ਜਿੰਨੀ ਮਰਜ਼ੀ ਅਮੀਰ ਹੋਵੇ ਜੇ ਉਹ ਡਿਸਟ੍ਰਿਕਟ
डिस्ट्रिक्ट लीगल सर्विस अथॉरिटी को जाती आ तो उन्होंने फ्री लीगल सर्विस मिलती आ, ठीक है। और इदा दपोरचुनिटीज़ जो साढ़े को है तो सूँ अवेल कर चाहिए भी कोई भी जरा समाज के अंदर बंदा है या कमांगे परसनस ने उन्होंने इनजस्टिस ना मिले, उन्होंने जस्टिस होवे। यही साढ़े एम आ, साड़ी सोसायटी का भी यही एम आ, साढ़े कॉलेज का भी एम आ कि असी अच्छी एजुकेशन बच्चों दे के उन्होंने सोसायटी भेजिए कि पता लगे कि ये सेंट सोल्जर इंस्टीट्यूशन नू बिलोंग करते हैं जी। सो इस तरह की जानकारी प्राप्त करने लिए बने रहो तुम सेंट सोल्जर टाइम्स नाल, कैमरामैन अनुराग दे नाल कोमल ते गल्लां करदे आ जी। बहुत सारिया जानकारी प्राप्त करने लिए थोड़ा अपना चैनल सेंट सोल्जर टाइम्स फेसबुक और यूट्यूब पर।